ਬਿਹਾਰ ਦੇ ਵਿਸ਼ਾਲੀ ਸਥਿਤ ਬੈਲੋਲਪੁਰ ਵਿੱਚ ਪੁਲਿਸ ਨਾਲ ਮੁੜਭੇੜ ਵਿੱਚ ਤਿੰਨ ਅਪਰਾਧੀ ਮਾਰੇ ਗਏ ਨੇ ਅਤੇ ਤਿੰਨ ਅਪਰਾਧੀਆਂ ਨੂੰ ਫੜਿਆ ਗਿਆ। ਵਿਸ਼ਾਲੀ ਦੇ SP MM ਢਿੱਲੋਂ ਨੇ ਕਿਹਾ ਕਿ ਇਹਨਾਂ ਖਤਰਨਾਕ ਅਪਰਾਧੀਆਂ ਦੇ ਇੱਥੇ ਮੌਜੂਦ ਹੋਣ ਦੀ ਸੂਚਨਾ ਮਿਲੀ ਸੀ, ਜਿਸ ਮਗਰੋਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਉੱਥੇ ਇਸ ਕਾਰਵਾਈ ਦੌਰਾਨ ਪੁਲਿਸ ਨੇ ਦੋ AK-47 ਅਤੇ ਪਿਸਤੌਲ ਬਰਾਮਦ ਕਰ ਲਏ।